ਅਸਲਾਮ ਵਾਲੇਕਮ ਦੋਸਤੋ, ਕੀ ਹਾਲ ਚਾਲ ਹੈ? ਤੁਸੀਂ ਵੇਖਦੇ ਪਏ ਗੁਲਾਮ ਮੁਹੰਮਦ ਟੀਵੀ ਅਤੇ ਮੈਂ ਤੁਹਾਡਾ ਮੇਜ਼ਬਾਨ ਅੱਜ ਗੁਲਾਮ ਮੁਹੰਮਦ। ਜਿਵੇਂ ਕਿ ਦੋਸਤਾਂ ਨੂੰ ਪਤਾ ਹੈ ਕਿ ਮੈਂ ਹਰ ਰੋਜ਼ ਕੋਸ਼ਿਸ਼ ਕਰਨਾ ਕਿ ਦੋਸਤਾਂ ਵਾਸਤੇ ਇੱਕ ਅੱਛੀ ਅਤੇ ਬਿਹਤਰੀਨ ਵੀਡੀਓ ਲੈ ਕੇ ਆਈ। ਅੱਜ ਵੀ ਜਨਾਬ ਇੱਕ ਸੁਨੀਲ ਮਾਈ ਦੀ ਵੀਡੀਓ ਲੈ ਕੇ ਆਏ ਹਾਂ। ਵੀਡੀਓ ਵੇਖਣ ਤੋਂ ਪਹਿਲੇ ਸਾਡੇ ਚੈਨਲ ਨੂੰ ਕਰਨਾ ਸਬਸਕ੍ਰਾਈਬ ਅਤੇ ਨਾਲ ਹੀ ਇੱਕ ਬੈਲ ਆਈਕੋਨ ਦੇ ਬਟਨ ਨੂੰ ਕਰਨਾ ਤਾਂ ਪ੍ਰੈਸ, ਤਾਂ ਕਿ ਹਰ ਨਵੀਂ ਆਉਣ ਵਾਲੀ ਵੀਡੀਓ ਮੇਰੇ ਦੋਸਤਾਂ ਦੀ ਕਿਰਪਾ ਸਾਨੂੰ ਪਹੁੰਚ ਸਕੇ। ਸਾਡਾ ਰਾਬਤਾ ਨੰਬਰ ਹੁੰਦਾ ਜਨਾਬ 0348067868। ਇਹ ਸਾਡਾ ਵਟਸਐਪ ਨੰਬਰ ਹੈ ਜਨਾਬ, ਈਮੋ ਨੰਬਰ ਹੈ। ਕੈਮਰਾਮੈਨ ਸਾਹਿਬ ਲਾਜ਼ਰ ਛੋਟੀ ਦਾ ਕੈਮਰਾ, ਮੇਰਾ ਕੈਮਰਾਮੈਨ ਤਸੱਲੀ ਕਰਾ ਰਿਹਾ। ਮਾਸ਼ਾਅੱਲਾ ਖੂਬਸੂਰਤ ਅਤੇ ਬਿਹਤਰੀਨ ਜਨਾਬ ਮੱਝ ਹੈਗੀ ਜੀ, ਨੀਲੀ ਬਾਹਰ ਦਾ ਬ੍ਰਾਂਡ ਲੈ ਕੇ ਆਉਂਦਾ ਵੀਰਾਂ ਵਾਸਤੇ। ਇਹ ਜਨਾਬ ਸੂਈ ਇਹਦੇ ਮਗਰ ਕੱਟੀ ਜਾਂ ਕੱਟਾ ਆਪਣੇ ਵੀਰਾਂ ਨੂੰ ਦੱਸਾਂਗੇ। ਖੱਬੇ ਪਰਦੇ ਦਾ ਵਾਨਾ ਹੈ ਜਨਾਬ, ਲੇਵਾ ਮੁੱਠ ਮੁੱਠ ਥਾਣ ਲੱਗੇ ਨੇ, ਗਿੱਟ ਗਿੱਟ ਦੀਆਂ ਵਿਰਲਾਂ ਨੇ। ਤਸੱਲੀ ਕਰਵਾ ਰਿਹਾ ਕੈਮਰਾਮੈਨ, ਕਿਸੇ ਕਿਸਮ ਦਾ ਇਨਸ਼ਾਅੱਲਾ ਸ਼ੱਕ ਨਹੀਂ ਆਪਾਂ ਛੱਡਣਾ। ਹਰ ਚੀਜ਼ ਕੈਮਰੇ ਨਜ਼ਰ 'ਚ ਹੁੰਦੀ ਹੈ, ਜੋ ਵੀ ਇਹਦਾ ਹਿਸਾਬ ਕਿਤਾਬ ਹੋਏਗਾ। ਭਾਈ ਰੇ ਆਪਣੇ ਨਾਲ ਹੀ ਨੇ ਜਨਾਬ, ਇਹਨਾਂ ਕੋਲ ਇਹਨਾਂ ਦੀ ਡਿਟੇਲ ਆਪਾਂ ਸਾਰੀ ਲਵਾਂਗੇ। ਕਿੰਨੇ ਦਿਨ ਹੋ ਗਏ ਨੇ ਸੂਈ ਨੂੰ, ਕਿਨਵੇਂ ਸੂਏ ਜਨਾਬ। ਕੈਮਰਾਮੈਨ ਤਸੱਲੀ ਕਰਵਾ ਰਿਹਾ, ਛੋਟੇ ਛੋਟੇ ਮਾਸ਼ਾਅੱਲਾ ਸਿੰਘ ਨੇ ਇਹਦੇ ਜਨਾਬ, ਮੱਥਾ ਇਹਦਾ ਬੱਗਾ, ਬੁਲਬ ਰੰਗੀਆਂ ਦੀਆਂ ਅੱਖਾਂ ਨੇ, ਚਾਰੇ ਪੈਰ ਜਨਾਬ ਇੱਕੋ ਜਿਹੇ। ਭਾਅ ਜੀ ਨੇ ਟੋਰੋ ਨਾ ਥੋੜ੍ਹੀ ਗੁਰਦੀ ਵਿਖਾਈ ਦੀ, ਤਾਂ ਕਿ ਵੀਰਾਂ ਨੂੰ ਪੈਰਾਂ ਦਾ ਪਤਾ ਲੱਗ ਜਾਵੇ। ਪੈਰ ਛੰਡਦੀ ਤਾਂ ਨਹੀਂ ਜਨਾਬ, ਪੈਰ ਕੰਡਾ ਛੰਡਾ ਤਾਂ ਨਹੀਂ? ਤਸੱਲੀ ਕਰਾ ਰਿਹਾ ਆਮ ਅਗੇ ਇਹਦਾ ਜਨਾਬ ਨਾਲ ਬੱਚਾ ਹੈ, ਕੈਮਰਾਮੈਨ ਤਸੱਲੀ ਕਰਵਾਏਗਾ, ਕਿਸੇ ਕਿਸਮ ਦਾ ਸ਼ੱਕ ਨਹੀਂ ਛੱਡਣਾ ਇਨਸ਼ਾਅੱਲਾ। ਛੋਟੇ ਛੋਟੇ ਸਿੰਘ ਨੇ ਜਨਾਬ, ਸੋਹਣੀ ਪਸ਼ਮ ਹੈ ਜੀ, ਬੱਗਾ ਮੱਥਾ ਇਹਦਾ ਜਨਾਬ, ਛੋਟੇ ਛੋਟੇ ਸਿੰਘ ਨੇ, ਚਾਰੇ ਪੈਰ ਜਨਾਬ ਇੱਕੋ ਜਿਹੇ ਨੇ, ਪੁਛਲੇ ਦੀ ਬਿਲਕੁਲ ਬਰੀਕ ਹੈ। ਜੇ ਹਰ ਡਿਟੇਲ ਜਨਾਬ ਦੱਸਾਂਗੇ ਪਾਰਾਂ ਦੇ ਜ਼ੁਬਾਨੀ। ਕੈਮਰਾਮੈਨ ਸਾਹਿਬ ਲਾਓ ਜ਼ਰਾ ਕੱਟੀ ਕੱਟੀ ਦੇ ਕੈਮਰਾ, ਤਸੱਲੀ ਕਰਵਾਵਾਂਗੇ। ਮੈਂ ਜਨਾਬ ਇਹਦਾ ਬੱਚਾ ਕੱਟੀ ਜਾਂ ਕੱਟਾ ਇਹ ਵੀ ਡਿਟੇਲ ਨਾਲ ਪੁੱਛਾਂਗੇ। ਸਫੈਦ ਮੱਥਾ ਇਹਦੀਆਂ ਚਿੱਟੀਆਂ ਸਫੈਦ ਅੱਖਾਂ ਨੇ, ਚਿੱਟੀ ਪੁੱਛਲ ਹੈ, ਜੋ ਵੀ ਇਹਦਾ ਹਿਸਾਬ ਹੈ ਆਪਾਂ ਜਨਾਬ ਪਾ ਰਹੇ ਪੁੱਛਾਂਗੇ। ਅਦਰ ਆਹੋ ਭਾਅ ਜੀ, ਵਾਲੇਕੁਮ ਅਸਲਾਮ ਵੀਰ, ਕੀ ਹਾਲ ਹੈ? ਅਲਹਮਦੁਲਿਲਾ। ਬਰੀਕ ਚਮੜੀ ਦੀ ਮਾਝ, ਕਾਗਜ਼ੀ ਚਮੜੀ, ਬਿਲਕੁਲ ਬਰੀਕ ਮਾਝ ਆਈ ਸਮਝ। ਦੁੱਧ ਮੱਝਾਂ ਠੀਕ ਰਹਿੰਦੀਆਂ ਨੇ, ਤਕਰੀਬਨ ਸਾਲ ਦੀ ਕਿਹੜੇ ਨਹੀਂ ਪੀਂਦਾ, ਇੱਕ ਸਾਲ ਦਾ। ਹਾਂਜੀ, ਅਤੇ ਇਹਦੇ ਮਗਰ ਕੀ ਹੈ? ਇਹਦੇ ਮਗਰ ਜੀ ਖੱਟਾ। ਕਿੰਨੇ ਕੁ ਦਿਨ ਹੋ ਗਏ ਇਸ ਸੂਈ ਨੂੰ? ਅੱਜ ਦੂਸਰਾ ਦਿਨ ਆ, ਉਹ ਨਾੜਾ ਦੇਖ ਲਓ ਬੱਚੇ ਦੇ ਨਾਲ, ਨਾੜਵਾ ਦਿਖਾ ਦਿਓ ਕੈਮਰਾਮੈਨ ਸਾਹਿਬ, ਨਾੜਾ ਦਿਖਾ ਦਿਓ, ਆਹ ਨਾੜਾ ਵੇਖ ਲਓ, ਇਹ ਆਹ ਨਾੜਾ ਵੇਖੋ, ਆਹ ਨਾਲ ਨਾੜਾ। ਅੱਛਾ, ਕਿੰਨੇ ਦਿਨ ਹੋ ਗਏ? ਮੈਨੂੰ ਜੀ ਅੱਜ ਦੂਸਰਾ ਦਿਨ ਉਹਨਾਂ ਦੇ ਵਿੱਚ ਖਾਣਾ ਦੇ ਨਾ ਫੁਆਰਾ, ਨਾ ਛੱਕਾ, ਨਾ ਬਾਅਦ, ਨਾ ਕਾਠ। ਅੱਛਾ, ਹੁਣ ਦੋਸਤਾਂ ਆਪਾਂ ਦੁੱਧ ਉਹੀ ਦੱਸਣਾ ਹੈ ਕਿ ਫਿਰ ਆਪਾਂ ਨੇ ਪੂਰਾ ਚੋਈ ਕਰਕੇ ਦੇ। ਹਾਂਜੀ ਹਾਂਜੀ, ਅਤੇ ਇੱਕ ਟਾਈਮ ਦਾ ਦੁੱਧ ਦੱਸ ਦਿਓ? ਇੱਕ ਟਾਈਮ ਦਾ 5 ਕਿਲੋ ਦੁੱਧ ਦੇ ਜੀ ਬੱਚੇ ਨੂੰ ਖਾਣ। ਠੰਡਾ ਜਾਂ ਚੱਕਦਾ? ਨਹੀਂ ਜੀ, ਚੱਕਦਾ ਚੱਕਦਾ ਨਹੀਂ। ਅਤੇ ਠੰਡਾ ਦੁੱਧ ਕਿੰਨਾ? ਠੰਡਾ ਦੁੱਧ ਦੋ ਸੀ 4.5 ਕਿਲੋ। 4.5 ਕਿਲੋ ਬੱਚੇ ਨੂੰ ਖਾਣ? ਬੱਚੇ ਨੂੰ ਖਾਣ। ਅਤੇ ਦੋ ਟਾਈਮ ਦਾ? ਦੋ ਟਾਈਮ ਦਾ 9 ਕਿਲੋ। 9 ਕਿਲੋ 9-10 ਕਿਲੋ। ਅੱਛਾ ਜੀ, ਹੁਣ ਬਿਲਕੁਲ ਖਾਸ ਪਿਓਰ ਖਾਸ ਪਿਓਰ ਨੀਲੀ ਦੀ ਦਰਿਆ ਦੀ ਮਾਰ ਜੀ, ਦੋਵੇਂ ਅੱਖਾਂ ਨਹੀਂ ਕੀਤੀ, ਕਿਤਨੀ ਅੱਖਾਂ ਸ਼ਾਇਦ ਬਰਬਰ। ਅੱਛਾ, ਹੁਣ ਇਹਦਾ ਪਿਆਰ ਮੁਹੱਬਤ ਵਾਲਾ ਆਪਾਂ ਰੇਟ ਕਰਨਾ, ਸੂਆ ਵੀ ਦੱਸ ਦਿਓ ਕਿੰਨਾ ਹੈ? ਸੂਆ ਜੀ ਦੂਜਾ, ਪੱਕਾ ਦੂਜਾ, ਪੱਕਾ ਦੂਜਾ ਡਿਊਟੀ ਹੈ। ਠੀਕ ਹੈ, ਅਤੇ ਪਿਆਰ ਮੁਹੱਬਤ ਵਾਲਾ ਰੇਟ ਕਰ, ਪਿਆਰ ਮੁਹੱਬਤ ਵਾਲਾ ਰੇਟ ਆਪਾਂ ਵੇਚਣੀ ਹੈ, ਮੇਰੀ ਗੱਲ ਸੁਣ ਲਓ, ਰੱਖਣੀ ਨਹੀਂ, ਭਾਈ ਸਮਝ ਗਈ ਨਹੀਂ ਆਈ, ਅਤੇ ਇੱਕ ਹੀ ਰੇਟ ਕਰਿਆ ਜੀ ਮੁਹੱਬਤ ਪਿਆਰ ਆਇਆ, 2,00,000 ਰੁਪਏ।
ਲਓ ਮੇਰੇ ਦੋਸਤੋ, ਜੋ ਵੀ ਡਿਟੇਲ ਹੈ ਮਾਲਕ ਦੇ ਜ਼ਬਾਨੀ ਤੁਹਾਨੂੰ ਪੁੱਛ ਕੇ ਜਨਾਬ ਅਤੇ ਤਸੱਲੀ ਕਰਵਾ ਰਿਹਾ ਮੇਰਾ ਕੈਮਰਾਮੈਨ 2,35,000 ਰੁਪਏ ਵਿੱਚ ਜਨਾਬ ਪਿਆਰ ਮੁਹੱਬਤ ਨਾਲ ਹੈ। ਵੀਡੀਓ ਜਨਾਬ ਪਸੰਦ ਆਵੇ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਆ ਕਰੋ, ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਹੈ ਅਤੇ ਬੈੱਲ ਆਈਕੋਨ ਨੂੰ ਕਰਨਾ ਹੁੰਦਾ ਪ੍ਰੈਸ, ਤਾਂ ਕਿ ਹਰ ਨਵੀਂ ਆਉਣ ਵਾਲੀ ਵੀਡੀਓ ਮੇਰੇ ਦੋਸਤੋ ਤੁਹਾਡੇ ਤੱਕ ਬਆਸਾਨੀ ਪਹੁੰਚ ਸਕੇ। ਚਾਚਾ ਇਹਦਾ ਮੂੰਹ ਪੱਟੋ ਹੱਥ ਆ ਜੀ, ਹਾਂ ਸੀ ਹੈ ਕਿ ਇੱਦਾਂ ਹੀ ਬਸ ਆ ਵੇਖ ਸਾਡਾ ਰਾਬਤਾ ਨੰਬਰ ਹੁੰਦਾ ਜਨਾਬ 0348-0668-8468, ਇਹੀ ਸਾਡਾ ਵਟਸਐਪ ਨੰਬਰ ਹੈ, ਇਹੀ ਸਾਡਾ ਈਮੇਲ ਨੰਬਰ ਹੈ। ਤੁਹਾਨੂੰ ਦੋਸਤਾਂ ਨਾਲ ਇਨਸ਼ਾਅੱਲਾ ਮਿਲਾਂਗੇ ਅਗਲੀ ਵੀਡੀਓ 'ਚ। ਪਾਕਿਸਤਾਨ ਜ਼ਿੰਦਾਬਾਦ।